ਤੁਸੀਂ ਕਿਸੇ ਪਾਰਟੀ ਦਾ ਪ੍ਰਚਾਰ ਜਲਦਾ ਚੱਲਦਾ ਆਪਣੇ ਪ੍ਰਚਾਰ ਕਰਨ ਲੋਕ ਕੋਈ ਕਿਸੇ ਹਰ ਬੰਦੇ ਨੂੰ ਡੈਮੋਕ੍ਰੈਟਿਕ ਰਾਈਟ ਹੈ ਬਟ ਜਿਹੜਾ ਕਿਸੇ ਪਬਲਿਕ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਆਨ ਪਾਰਲੀਮੈਂਟ ਲੈ ਕੇ ਬਣੀ ਉਹ ਅਸੀਂ ਲਾਈਕ ਨਹੀਂ ਕਰਦੇ ਇਸ ਗੱਲ ਨੂੰ ਮਾੜੀ ਗੱਲ ਹੈ ਬਹੁਤ ਘਟੀਆ ਗੱਲ ਹੈ ਲੋਕਾਂ ਨੇ ਵੀ ਨਿੰਦਿਆ ਕੀਤੀ ਈਵਨ ਪੁਲਿਸ ਅਫਸਰਾਂ ਨੇ ਉਹ ਵੀਡੀਓ ਪਾਈ ਲੇਕਿਨ ਉਹ ਬੰਦਾ ਮਾਫੀ ਮੰਗ ਕੇ ਚੁੱਕਿਆ ਗੱਲ ਗਲਤ ਬੋਲਦੇ ਆ ਅਕਾਲੀ ਦਲ ਵੀ ਗਲਤ ਬੋਲਦਾ ਹੈ ਇਹ ਵੀ ਗਲਤ ਬੋਲਦਾ ਕਸੀ ਦਲ ਤੋਂ ਰੋਹਾਰ ਵਾਸਤੇ ਵੀ ਸ਼੍ਰੀਮੰਤ ਕੇਜਰੀਵਾਲ ਜੀ ਨੇ ਇੱਕ ਕਿਹਾ ਹੈ ਕਿ ਜਿਹੜਾ ਮਤਲਬ ਅਸੀਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਰਹਿੰਦੇ ਹੋਏ ਸੁਪਨੇ ਉਹ ਪੂਰੇ ਜੇ ਅਧੂਰੇ ਆ ਉਹ ਪੂਰੇ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਬੱਚਾ ਜਨਮ ਤੋਂ ਲੈ ਕੇ ਚਾਹੇ ਲਾਸਟ ਤੱਕ ਪੀ ਐੱਚ ਡੀ ਕਰੇ ਡਾਕਟਰ ਬਣੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਵੇ ਉਹਦੀ ਫਰੀ ਐਜੂਕੇਸ਼ਨ ਕੱਲ੍ਹ ਮੈਂ ਤਰਾੜ ਪਿੰਡ 'ਚ ਗਿਆ ਸੀ ਉੱਥੇ ਕਾਂਗਰਸੀ ਸਰਪੰਚ ਹੈ ਲੇਕਿਨ ਲੋਕਾਂ ਦੇ ਕੋਠੇ ਚੋਰੇ ਗਰੀਬਾਂ ਦੇ ਲੋਕ ਦੋਨੋਂ ਪਾਰਟੀਆਂ ਤੋਂ ਤੰਗ ਆਏ ਅਤੇ ਚੰਨੀ ਜੀ ਨੇ ਬਹੁਤ ਵਾਅਦੇ ਕੀਤੇ ਸੀ ਵੀ ਅਸੀਂ ਕਲੋਨੀਆਂ ਦੇਵਾਂਗੇ ਕੁਛ ਕੁਛ ਨਹੀਂ ਲੋਕਾਂ ਜੇ ਬਹੁਤ ਬੁਰਾ ਹਾਲ ਹੈ ਬਿਜਲੀ ਦੇ ਬਿੱਲਾਂ ਦਾ ਬੁਰਾ ਹਾਲ ਲੋਕ ਰੋ ਰਹੇ ਹੈਗੇ ਇਹ ਦੋਨੋਂ ਪਾਰਟੀਆਂ ਨੂੰ ਦੇਖ ਲਿਆ ਇੱਕ ਵਾਰੀ ਅਕਾਲੀ ਦਲ ਨੂੰ ਦੇਖਿਆ ਦੂਜੀ ਵਾਰੀ ਕਾਂਗਰਸ ਨੂੰ ਫਿਰ ਅਕਾਲੀ ਦਲ ਨੂੰ ਐਕਸਚੇਂਜ ਹੁੰਦੀਆਂ ਰਹੀਆਂ ਦੋਨੋਂ ਪਾਰਟੀਆਂ ਇੱਕ ਦੂਜੇ ਨਾਲ ਮਿਕਸਅਪ ਹੈ ਅਤੇ ਇਸ ਕਰਕੇ ਲੋਕਾਂ ਦਾ ਵਿਊ ਇੱਕੋ ਹੀ ਆ ਵੀ ਬਦਲਾਵ ਕਰਨਾ ਹੈ ਬਹੁਤ ਅੱਛਾ ਐਡਮਿਨਿਸਟ੍ਰੇਸ਼ਨ ਅਸੀਂ ਦੇਵਾਂਗੇ ਲੋਕਾਂ ਨੂੰ ਇਨਸਾਫ਼ ਦੇਵਾਂਗੇ ਜਿਵੇਂ ਮਹਿਕਮੇ 'ਚ ਮੈਂ ਰਿਹਾ ਉਸ ਟਾਈਮ 'ਤੇ ਵੀ ਮੈਂ ਬੈਲੈਂਸ ਬਣਾ ਕੇ ਕੰਮ ਕਰਦਾ ਸੀ ਬਟ ਇੱਦਾਂ ਦਾ ਇਨਸਾਫ਼ ਜਿਹੜਾ ਬੈਲੈਂਸ ਬਣਾ ਕੇ ਕੰਮ ਕਰਾਂਗੇ ਔਰ ਵਧੀਆ ਕੰਮ ਕਰਾਂਗੇ ਕਿਉਂਕਿ ਕਿਸੇ ਨੂੰ ਇਹ ਫੀਲ ਨਹੀਂ ਹੋਊਗਾ ਔਰ ਪੁਲਿਸ ਦਾ ਡਰ ਕਿ ਕਿਸੇ ਵੀ ਐਡਮਿਨਿਸਟ੍ਰੇਸ਼ਨ ਦਾ ਕੋਈ ਡਰ ਨਹੀਂ ਹੋਊਗਾ ਰੇਡੀਓ ਸਾਡੇ ਵਾਲਾ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਖਰਾਜ ਗਾਖਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਧਾਨ ਸਭਾ 2022 ਦੀਆਂ ਚੋਣਾਂ ਜਿਹੜੀਆਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਉਵੇਂ ਉਵੇਂ ਲੋਕਾਂ ਦੇ ਵਿੱਚ ਕਰੋਸਟੀ ਜਿਹੜੀ ਆ ਵੱਧਦੀ ਜਾ ਰਹੀ ਆ ਉਵੇਂ ਉਵੇਂ ਹੌਟ ਸੀਟਸ ਦੇ ਉੱਤੇ ਜਿਹੜੀ ਆ ਨਜ਼ਰ ਉਹ ਤੇਜ਼ ਹੁੰਦੀ ਜਾ ਰਹੀ ਆ ਸੋਸ਼ਲ ਮੀਡੀਆ ਉੱਤੇ ਤੁਸੀਂ ਅਕਸਰ ਇਹਨਾਂ ਲੋਕਾਂ ਦੀਆਂ ਸੀਟਸ ਦੇ ਉੱਤੇ ਜਿਹੜੀ ਆ ਤਿੱਖੀ ਨਜ਼ਰ ਰੱਖੇ ਹੋਏ ਹੋ ਕਰਤਾਰਪੁਰ ਹਲਕਾ ਜਿਹੜਾ ਜਲੰਧਰ ਦੇ ਲਾਗੇ ਬੇਹੱਦ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਨੇ ਇਸ ਵਾਰ ਡੀਸੀਪੀ ਬਲਕਾਰ ਸਿੰਘ ਨੂੰ ਇੱਥੇ ਉਮੀਦਵਾਰ ਐਲਾਨਿਆ ਸੋ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਬਲਕਾਰ ਸਿੰਘ ਹੁਣਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰਕਾਰ ਜੀ ਪਹਿਲਾਂ ਤੋਂ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਦੇ ਰਾਹੀਂ ਜਨਤਾ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਕਿਵੇਂ ਚੱਲ ਰਿਹਾ ਚੋਣ ਮੁਹਿੰਮ ਕਿਵੇਂ ਚੱਲ ਰਿਹਾ ਜੀ ਤੁਹਾਡਾ ਚੋਣ ਮੁਹਿੰਮ ਬਹੁਤ ਅੱਛਾ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਜੋ ਟ੍ਰੈਂਡ ਹੈ ਉਹ ਬਦਲਾਵ ਦਾ ਹੈ ਹਰ ਇਨਸਾਨ ਜਿਹੜਾ ਉਹ ਕਹਿ ਰਿਹਾ ਕਿ ਦੋਨੋਂ ਪਾਰਟੀਆਂ ਨੂੰ ਦੇਖ ਲਿਆ ਇੱਕ ਵਾਰੀ ਅਕਾਲੀ ਦਲ ਨੂੰ ਦੇਖਿਆ ਦੂਜੀ ਵਾਰੀ ਕਾਂਗਰਸ ਨੂੰ ਫਿਰ ਅਕਾਲੀ ਦਲ ਨੂੰ ਐਕਸਚੇਂਜ ਹੁੰਦੀਆਂ ਰਹੀਆਂ ਦੋਨੋਂ ਪਾਰਟੀਆਂ ਇੱਕ ਦੂਜੇ ਨਾਲ ਮਿਕਸਅਪ ਹੈ ਅਤੇ ਇਸ ਕਰਕੇ ਲੋਕਾਂ ਦਾ ਵਿਊ ਇੱਕੋ ਹੀ ਆ ਵੀ ਬਦਲਾਵ ਕਰਨਾ ਹੈਗਾ ਜੀ ਬੜਾ ਲੰਬਾ ਸਮਾਂ ਤੁਸੀਂ ਪੁਲਿਸ ਦੀ ਨੌਕਰੀ ਕੀਤੀ ਡੀ ਸੀ ਪੀ ਤੁਸੀਂ ਬਤੌਰ ਰਿਟਾਇਰ ਹੋਏ ਹੋ ਕੀ ਮਨ ਦੇ ਵਿੱਚ ਆਇਆ ਰਾਜਨੀਤੀ ਨੂੰ ਲੈ ਕੇ ਆਮ ਲੋਕ ਤਾਂ ਜਿਹੜਾ ਰਾਜਨੀਤੀ ਤੋਂ ਕੋਸਾ ਦੂਰ ਭੱਜਦੇ ਆ ਪਰ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਹੁਣ ਮੈਂ ਰਾਜਨੀਤੀ ਦੇ ਵੱਲ ਜਾਊਂਗਾ ਐਕਚੁਅਲੀ ਮੇਰੀ ਨੇਚਰ ਉਹ ਜੋਬ ਵੀ ਪਹਿਲਾਂ ਸੀ ਕਿ ਪਬਲਿਕ ਨਾਲ ਬਹੁਤ ਇੰਟਰੈਕਸ਼ਨ ਸੀ ਬਟ ਕੁਛ ਇੰਨਾ ਇਸ ਹਲਕੇ ਕਰਤਾਰਪੁਰ ਦੇ ਲੋਕਾਂ ਨਾਲ ਮੇਰਾ ਬਹੁਤ ਪਿਆਰ ਸੀ ਜਦੋਂ ਮੈਂ ਡਿਊਰਿੰਗ ਸਰਵਿਸ ਸੀ ਅਤੇ ਅਕਸਰ ਮੈਨੂੰ ਪਹਿਲਾਂ ਵੀ ਲੋਕ ਮੋਟੀਵੇਟ ਕਰਦੇ ਹੁੰਦੇ ਸੀ ਕਿ ਤੁਸੀਂ ਸਾਡੇ ਕਰਤਾਰਪੁਰ ਹਲਕੇ ਤੋਂ ਲੜੋ ਜਦੋਂ ਮੈਂ ਅਜੇ ਡੀ ਐੱਸ ਪੀ ਸੀ ਐੱਸ ਪੀ ਡੀ ਸੀ ਉਸ ਟਾਈਮ 'ਤੇ ਵੀ ਲੋਕ ਬਹੁਤ ਸੰਗਤ ਕਹਿੰਦੀ ਹੁੰਦੀ ਸੀਗੀ ਪਰ ਮੈਂ ਸਹਿਜੇ ਸਹਿਜੇ ਮੈਨੂੰ ਲੋਕਾਂ ਨੇ ਪ੍ਰੇਰਿਤ ਕੀਤਾ ਮੇਰੇ ਸੱਜਣਾ ਮਿੱਤਰਾਂ ਦੋਸਤਾਂ ਨੇ ਕਰਤਾਰਪੁਰ ਹਲਕੇਦਿਆਂ ਨੇ ਬਹੁਤ ਪਿਆਰ ਦਿੱਤਾ ਅਤੇ ਇਸ ਕਰਕੇ ਮੈਨੂੰ ਅਲਟੀਮੇਟਲੀ ਫੈਸਲਾ ਲੈਣਾ ਪਿਆ ਕਿ ਮੈਂ ਉਹਨਾਂ ਦੀ ਗੱਲ ਨੂੰ ਪ੍ਰਵਾਨ ਕਰਕੇ ਮੈਂ ਉਹ ਚੋਣ ਲੜਨ ਦਾ ਮਨ ਬਣਾਇਆ ਕਰਤਾਰਪੁਰ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਬੜੀ ਲੰਮੇ ਸਮੇਂ ਤੋਂ ਜਿਹੜੀ ਪਕੜ ਬਣੀ ਹੋਈ ਸੀ ਚੌਧਰੀ ਜਗਜੀਤ ਸਿੰਘ ਦੇ ਪਰਿਵਾਰ ਇੱਕੋ ਪਰਿਵਾਰ ਵਿੱਚੋਂ ਇੱਕ ਐੱਮ ਐੱਲ ਏ ਇੱਕ ਐੱਮ ਪੀ ਦਾ ਹੋਣਾ ਇਸੇ ਹਲਕੇ ਦੇ ਵਿੱਚੋਂ ਕਿਤੇ ਕਿਤੇ ਇਹ ਨਹੀਂ ਲੱਗਾ ਤੁਹਾਨੂੰ ਕਿ ਇਸ ਹਲਕੇ ਦੇ ਵਿੱਚ ਕਾਂਗਰਸ ਦੀ ਜਿਹੜੀ ਪਕੜ ਬੜੀ ਮਜ਼ਬੂਤ ਸੀ ਮੈਂ ਹੋਰ ਕਿਸੇ ਹਲਕੇ ਤੋਂ ਨਹੀਂ ਉਹਦੇ 'ਚ ਦੇਖੋ ਜੀ ਗੱਲ ਇਹ ਹੈਗਾ ਕਿ ਜੋ ਇਹ ਸਮਾਂ ਪੁਰਾਣਾ ਇਹ ਗੁਜ਼ਰ ਚੁੱਕਾ ਹੁਣ ਲੋਕਾਂ ਦਾ ਜਿਹੜਾ ਟ੍ਰੈਂਡ ਉਹ ਚੇਂਜ ਹੋ ਚੁੱਕਾ ਕਿਉਂਕਿ ਲੋਕ ਜਿਹੜਾ ਇਹ ਪੁਰਾਣਾ ਲੋਕਾਂ ਦਾ ਗਲਬਾ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਆ ਮਤਲਬ ਔਰ ਦੂਜੇ ਮਨ 'ਚ ਮੇਰੇ ਬਿਲਕੁਲ ਪੈਨਿਕ ਨਹੀਂ ਡਰ ਨਹੀਂ ਹੈਗਾ ਕੋਈ ਫੀਅਰ ਨਹੀਂ ਹੈਗਾ ਕਿਉਂਕਿ ਜਿਹੜੀ ਜਨਤਾ ਹੈ ਜਨਤਾ ਦੀ ਵੋਟ ਹੁੰਦੀ ਜਨਤਾ ਵੋਟ ਦੇਣਾ ਚਾਹੁੰਦੀ ਆ ਪਿਆਰ ਕਰਦੀ ਸਕਾਰ ਕਰਦੀ ਹੈ ਤੋ ਲੋਕਾਂ ਨੇ ਫੈਸਲਾ ਲੈਣਾ ਉਹਦੇ 'ਚ ਪੁਰਾਣੇ ਮੇਰਾ ਖਿਆਲ ਜਿਹੜੇ ਬਹੁਤ ਪੁਰਾਣੇ ਬੰਦੇ ਵੈਸੇ ਇਹਨਾਂ ਤੋਂ ਲੋਕ ਜਿਹੜੇ ਮੂੰਹ ਮੋੜ ਚੁੱਕੇ ਹੈਗੇ ਆ ਲੋਕਾਂ ਦਾ ਲੋਕਾਂ ਨੇ ਫੈਸਲਾ ਲੈਣਾ ਲੋਕ ਤਕੜੇ ਹੋ ਕੇ ਲੈ ਰਹੇ ਆ ਲੋਕ ਇਹ ਗੱਲ ਕਹਿ ਰਹੇ ਕਿ ਅਸੀਂ ਆਮ ਆਦਮੀ ਪਾਰਟੀ ਝਾੜੂ ਨੂੰ ਵੋਟ ਪਾਉਣੀ ਹੈ ਤੁਸੀਂ ਬਤੌਰ ਇਸੇ ਹਲਕੇ ਦੇ ਵਿੱਚ ਡਿਊਟੀ ਅਫਸਰ ਵੀ ਰਹੇ ਹੋ ਹੈ ਨਾ ਤਾਂ ਉਦੋਂ ਫਿਰ ਮੈਂ ਗੱਲ ਉਹੀ ਕਾਂਗਰਸ ਦੀ ਕਰ ਰਿਹਾ ਕਿਉਂਕਿ ਕਾਂਗਰਸ ਦੇ ਮੌਜੂਦਾ ਉਦੋਂ ਐੱਮ ਐੱਲ ਏ ਐੱਮ ਪੀ ਰਹੇ ਹੋਣਗੇ ਕਦੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੁਹਾਨੂੰ ਕਿ ਹਾਂ ਵੀ ਜਾਂ ਤੁਸੀਂ ਕਦੀ ਕਿਹਾ ਹੋਵੇ ਕੋਈ ਸਲਾਹ ਮਸ਼ਵਰਾ ਹੁੰਦਾ ਹੋਵੇ ਕਿ ਆਪਾਂ ਕੁਛ ਚੇਂਜ ਕਰੀਏ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਸ਼ੁਰੂ ਤੋਂ ਨੇਚਰ ਤੁਹਾਡੀ ਐਵੇਂ ਦੀ
नहीं वो इदा नहीं जो असी एडमिनिस्ट्रेशन के होंगे नहीं साडा मतलब सिर्फ सर्विस तक होंगे क्योंकि अं पोलिटिकल इंटरैक्शन लोगों नहीं करते यह हों कि किसी ने फोन कर दिता कोई काम वास्ते या दूजा पर मैं हमेशा ही ऑन मेरिट काम करता चाहे किसी भी पार्टी का होवे फोन तो हर पार्टी के नुमाइंदे आ चाहे कोई एम एल ए मौजूदा है चाहे सबका है चाहे हरिया होया चाहे कोई किसी भी टाइप का हैगा हर इंसान फोन करता पुलिस अफसर तो लेकिन असी उन्होंने गलबात होती पर इस टॉपिक ने कभी इंटरैक्शन नहीं किया जेकर पुलिस आप गल करिए जिदा पंजाब दे विच पुलिस नूं लैके छवि जिहड़ी आ कि ना कि डर का माहौल बनया रहिंदा जो आप खाकी वर्दी देखते हैं डर का माहौल रहिंदा बतौर एम एल ए तुसीं अपने हल्के दे विचों ये डर लोगों के दिलों च कढ़ोगे कि पुलिस जिहड़ी आ तुहाडी सहायता दे लई आ तुहाडे लई आ। मैं जॉब भी इसे तरह की क्योंकि मेरा लोगों का बहुत फ्रेंडली प्यार सीगा ता ही लोग मैनू एक्सैप्ट करते नहीं तो अदरवाइज मे बी हो सकता कितने ना कि मन लोगों के मन च गल आ जाती बट करतारपुर के लोग तुम देखो जाके पिंड पुछो वैसे मैंने लोग पुलिस अफसर आज कंसिडर ही नहीं करते लोग समझते भी साडा भरा आया है बड़ा प्यार देंदे लोग और मैं इदा की गल रहन भी नहीं देनी जी साड़ी गवर्नमेंट आएगी सी वोटर सर्वे वगैरह सारा ये गल क्लीयर हो चुकी है कि जनता चाहती है कि वोट दे के गवर्नमेंट आम आदमी मैं बहुत अच्छा एडमिनिस्ट्रेशन असं देंगे लोगों को इंसाफ देंगे जिमें महकमे जो मैं रहा उस टाइम तो भी मैं बैलेंस बना के काम करता सी बट इदा का इंसाफ जरा बैलेंस बना के काम करा वधिया काम करा क्योंकि किसी ये फील नहीं होगा और पुलिस का डर कि किसी भी एडमिनिस्ट्रेशन का कोई डर नहीं होगा पर लेकिन एडमिनिस्ट्रेशन एडमिनिस्ट्रेशन की जगह दी जाएगी जिते एडमिनिस्ट्रेशन ने काम करना एडमिनिस्ट्रेशन ने करना बट किसी का डर नहीं होगा असं कोशिश करा मैक्सीम लोगों क्योंकि एडमिनिस्ट्रेशन के रहे हैं सानू पता कितने कितने प्रॉब्लम आनी पब्लिक को पब्लिक के असी नुमाइंदे बनना हूँ एडमिनिस्ट्रेशन चो तो असी पासे हो गए असी हूँ एडमिन पब्लिक के एक नुमाइंदे पब्लिक सन चुने गए असी पब्लिक की हर जान माल राखी का जोड़ा वो ख्याल रखा और बहुत एडमिनिस्ट्रेटिव लैवल से असं बहुत अच्छे तरीके प्रजेंट करा और परमात्मा कृपा करके साड़ी गवर्नमेंट आएगी तो लोगों को वाकई फील होगा कि असी अच्छा काम कर रहे एक वी आई पी कल्चर बड़ा चलता पंजाब दे विच कोई भी भावें ऑफिसर होवे कोई मंत्री होवे एम एल ए होवे जो गड्डिया का काफला लंघता तो जनता जी खजल खुआर बड़ी होंगी आ इस बारे तुहाडा की कहना ये बारे मेरा तो वैसे यह ट्रेंड है कि थोड़ा नॉर्मल लाइफ बंद रहना चाहिए मैं तो एज ऑफिसर भी घट सी ट्रेंड इन्ना नहीं सी कि बहुत ज़्यादा मतलब गनमैन तो होंगे ही है क्योंकि सिक्योरिटी पॉइंट ऑफ व्यू तो बट इन्ना लोगों मैं नहीं सी करता पर लेकिन मैं यही महसूस करता कि वी आई पी कल्चर मिनीमम घट होना चाहिए बहुत घट होना चाहिए सिर्फ इन्नी आइडेंटिफिकेशन हो सा एम एल ए सा नुमाइंदा ये बस कोई नहीं क्योंकि लोगों से गलत इंप्रैशन पैंता क्योंकि हूँ भी मैं देखा अकाली दल कांग्रेस प्रचार करते तीन तीन चार चार गड्डिया ले फिरते लोगों के घर जाते देखते कि बट जरा लोगों के मन चाहो जी गल करनी चाहिए नॉर्मल मैं नॉर्मल में जाना क्योंकि साड़ी पार्टी की भी एक आम आदमी पार्टी साधारण पार्टी साढ़े जो अरविंद केजरीवाल जी आ वो दिल्ली के मुख्यमंत्री है वो भी बड़े सिंपल लिविंग के बंदे आ सानू भी जो असी जिस पार्टी के होइए असी उस डिसिपलिन फॉलो करना और साडे नेता जी भी इस तरीके दे कि बहुत सिंपल लिविंग च रहिंदे आ मैं भी महसूस करदा कि लोगों को बहुत नॉर्मल लाइफ के पोलिटिकल बंदे नू जाना चाहिए वी आई पी कल्चर के वेखो वोट है डेमोक्रेसी है डेमोक्रेसी की है डेमोक्रेसी इज द गवर्नमेंट ऑफ द पीपल बॉय द पीपल फॉर द पीपल वह मतलब यह है भी लोगों द्वारा यह जिहड़ा लोकतंत्रक ढांचा बनाया जाता है क्योंकि यह जे लोगों को महसूस ना हो कि साड़ी वोट की की वैल्यू है तो फिर वो वास्ते कोई है डिक्टेटरशिप का राज तो है नहीं गा कि आप इस तरीके करिए जे डेमोक्रेटिक कंट्री के रेंदे जो डेमोक्रेटिक तरीके नुमाइंदे बनते जो फिर लोगों को सिंपल लिविंग के जाना चाहिए क्योंकि लोगों को यह महसूस हो अकाली दल एंड कांग्रेस रवायती पार्टिया के फर्क हैगा असी वाकई ये करा कि लोगों को फील होगा कि साधारण आदमी तो साधारण बंदे साढ़े नुमाइंदे आ नॉर्मल वे असी हर तरीके इस तरीके मैनेज करा जिहड़ा करतारपुर हलका आ ये बेहद वड्डा हलका आ कहा जाता कि जदों अमरिंदर सिंह कैप्टन अमरिंदर सिंह जो सी एम बनने वाले से उन्होंने तिखी नज़र जी करतारपुर हल्के रखी सी कहिंदे सी जेकर करतारपुर हलका सी विन कर दिया तो साडी सरकार जिहड़ी आ वो 100% बनेगी इस हल्के दे विच तुसीं अज जिहड़े रोड शो करदे हो डोर टू डोर करदे हो की मेन प्रॉब्लम्स लगदी इस हल्के दीआं ये हल्के बहुत ज़्यादा लोगों की प्रॉब्लम्स है नालियाँ नालियाँ तक लोगों के कट्ठे कल मैं तराड़ पिंड गया से उत्थे कांग्रसी ब सरपंच है लेकिन लोगों के कोठे चोरे गरीबा ने लोग दोनों पार्टियां तो तंग है इन्हें चन्नी जी ने बहुत वादे किए थे कलोनियां देंगे कुछ कुछ नहीं लोग अजे बहुत बुरा हाल है बिजली के बिलों का बुरा हाल लोग रो रहे हैं लेकिन असी तो गरंटीज़ दित्तियां हैगियां गरंटीज़ इंप्लीमेंटेशन होगी जिवें दिल्ली के अंदर हो रहा मतलब साडा बिजली के बिल 300-600 यूनिट माफ करा पुराने बिल सारे पुराने पे हुए वो सारे बिल माफ करा फिर 24 घंटे बिजली रहेगी फिर एक हैल्थ कार्ड जारी करा हर वर्ग वास्ते चाहे बच्चा जो ह्यूमन बीइंग है पंजाब की धरती के अंदर रह रहा है
ਉਹ ਬੱਚਾ ਜਿਹੜਾ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚਾਹੇ ਕਿਸੇ ਵੀ ਜਾਤ ਧਰਮ ਬਰਾਦਰੀ ਦਾ ਹੋਵੇ, ਇੱਕ ਹਿਊਮਨ ਬੀਇੰਗ ਜੋ ਪੰਜਾਬ ਦੇ 3 ਕਰੋੜ ਦੀ ਆਬਾਦੀ ਦੇ ਵਿੱਚ ਹਰ ਦਾ ਕਾਰਡ ਬਣੇਗਾ, ਉਹਦੇ ਵਿੱਚ ਟੋਟਲ ਇਲਾਜ ਫ੍ਰੀ ਹੋਵੇਗਾ, ਜਿਵੇਂ ਦਿੱਲੀ ਦੇ ਵਿੱਚ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਅਸੀਂ ਵੂਮਨ ਗਰੰਟੀ ਦੇ ਰਹੇ ਹਾਂ, ਹਰ ਵੂਮਨ ਦੇ ਅਕਾਊਂਟ ਦੇ ਵਿੱਚ 1,000 ਰੁਪਈਆ ਆਵੇਗਾ, ਚਾਹੇ 2 ਵੂਮਨ ਘਰ 'ਚ ਹੋਣ, ਚਾਹੇ 3 ਹੋਣ, ਚਾਹੇ 4 ਹੋਣ, ਚਾਹੇ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਵੇ। ਔਰ ਸਾਡਾ ਇੱਕੋ ਇੱਕ ਸਾਡੇ ਦੇਸ਼ ਦੇ ਵਿੱਚ ਪਾਰਟੀ ਹੈ ਜਿਹੜੀ ਸੈਕੂਲਰ ਸੋਚ ਨੂੰ ਲੈ ਕੇ ਚੱਲਦੀ, ਹਰ ਵਰਗਾਂ ਵਾਸਤੇ, ਹਰ ਦੀ ਭਲਾਈ ਵਾਸਤੇ। ਇੱਕ ਅਸੀਂ ਦਲਿਤ ਪਰਿਵਾਰ ਵਾਸਤੇ ਵੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਕਿਹਾ ਹੈ ਕਿ ਜਿਹੜਾ ਮਤਲਬ ਅਸੀਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਰਹਿੰਦੇ ਹੋਏ ਸੁਪਨੇ ਉਹ ਪੂਰੇ ਜਿਹੜੇ ਅਧੂਰੇ ਆ ਉਹ ਪੂਰੇ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਬੱਚਾ ਜਨਮ ਤੋਂ ਲੈ ਕੇ ਚਾਹੇ ਲਾਸਟ ਤੱਕ PhD ਕਰੇ, ਡਾਕਟਰ ਬਣੇ, ਬਾਹਰਲੇ ਦੇਸ਼ਾਂ ਦੇ ਵਿੱਚ ਜਾਵੇ, ਉਹਦੀ ਫੈਰੀ ਐਜੂਕੇਸ਼ਨ ਹੋਵੇ। ਸੋ ਇਸ ਤਰੀਕੇ ਦੀਆਂ ਸਾਡੀਆਂ ਪੋਲਿਸੀਜ਼ ਹੈ। ਔਰ ਜਿਹੜਾ ਪ੍ਰੋਬਲਮਸ ਲੋਕਾਂ ਦੀਆਂ ਹੈਗੀਆਂ ਉਹ ਤਾਂ ਬਹੁਤ ਚੱਲਦੀਆਂ ਹੈਗੀਆਂ, ਕੋਈ ਸੌਟ ਆਊਟ ਨਹੀਂ ਹੋਈ। 75 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋਇਆ ਨਹੀਂ, ਉਹ ਗੱਲ ਬਣੀ ਨਹੀਂ ਇਹਨਾਂ ਨੂੰ। ਹਾਲੇ ਵੀ ਲੋਕ ਜਿਹੜੇ ਆ ਗਲੀਆਂ ਨਾਲੀਆਂ ਦੇ ਵਿੱਚ ਫਸੇ ਰਹਿ ਚੁੱਕੇ ਪਿੰਡਾਂ ਦੇ, ਰਾਈਟ? ਬਹੁਤ ਅੱਛਾ ਤੁਸੀਂ ਸਵਾਲ ਕੀਤਾ। ਅਜੇ ਹੁਣ ਸਾਨੂੰ ਲੋਕ ਕਹਿੰਦੇ ਆ, ਕਹਿੰਦੇ ਗਲੀਆਂ ਨਾਲੀਆਂ ਦੀ ਗੱਲ ਨਾ ਕਰੋ, ਸਾਨੂੰ ਗੱਲ ਕਰੋ ਡਿਵੈਲਪਮੈਂਟ ਦੀ, ਬੱਚਿਆਂ ਦੀ ਐਜੂਕੇਸ਼ਨ ਦੀ, ਬੱਚਿਆਂ ਦੇ ਰੁਜ਼ਗਾਰ ਦੀ, ਬੱਚਿਆਂ ਦੇ ਹੈਲਥ ਦੀ, ਲੋਕਾਂ ਦੀ ਹੈਲਥ ਦੀ। ਔਰ ਲੋਕ ਇਹ ਗੱਲ ਸਮਝ ਚੁੱਕੇ, ਉਹ ਦਿੱਲੀ ਦੀਆਂ ਚੀਜ਼ਾਂ ਦੇਖਦੇ, ਹਰ ਚੀਜ਼ ਵੀ ਹੋ ਰਹੀ ਹੈ, ਗਲੀਆਂ ਨਾਲੀਆਂ ਤੋਂ ਲੋਕ ਸਾਨੂੰ ਰੋਕ ਰਹੇ, ਕਹਿੰਦੇ ਇਹ ਗੱਲ ਨਾ ਕਰੋ, ਹੁਣ ਤੁਸੀਂ ਗੱਲ ਪੜ੍ਹਾਈ ਲਿਖਾਈ ਦੀ, ਰੁਜ਼ਗਾਰ ਦੀ ਗੱਲ ਕਰੋ। ਨਵਜੋਤ ਸਿੱਧੂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਪੁਲਿਸ ਅਫਸਰ ਦੇ ਲਈ ਉਹਨਾਂ ਬੜੀ ਇੱਕ ਮੈਂ ਕਹਿ ਸਕਦਾ ਕਿ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਉਸ ਬਾਰੇ ਤੁਹਾਡਾ ਕੀ ਕਹਿਣਾ? ਅਨਪਾਰਲੀਮੈਂਟ ਲੈਂਗੁਏਜ ਜਿਹੜੀ ਬੋਲਣੀ ਆ ਉਹ ਸਾਡੀ ਪਾਰਟੀ ਵੈਸੇ ਨਹੀਂ ਪਸੰਦ ਕਰਦੀ, ਕਿਉਂਕਿ ਸਾਡਾ ਨੇਤਾ ਜੀ ਬੜੇ ਹਾਈਲੀ ਐਜੂਕੇਟਡ ਐਂਡ IRS ਆਫਿਸਰ ਸੀਗੇ। ਉਹ ਜਿਹੜਾ ਹਿੰਦੁਸਤਾਨ ਦੇ ਵਿੱਚ ਪੂਰੇ 'ਚ ਦੇਸ਼ ਦੇ ਅੰਦਰ UPSC ਦਾ ਇਗਜ਼ਾਮ ਹੁੰਦਾ, ਉਹਦੇ 'ਚ IRS ਆਫਿਸਰ ਭਰਤੀ ਹੋਏ ਸੀਗੇ। ਉਹ ਬੜੇ ਅੱਛੇ ਬੋਲਦੇ, ਬੜੇ ਵਧੀਆ, ਉਹ ਸਾਨੂੰ ਇੱਦਾਂ ਦੀ ਸ਼ਿਕਸ਼ਾ ਨਹੀਂ, ਅਸੀਂ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ। ਤੁਸੀਂ ਕਿਸੇ ਪਾਰਟੀ ਦਾ ਪ੍ਰਚਾਰ ਚੱਲਦਾ ਚੱਲਦਾ ਆਪਣੇ ਪ੍ਰਚਾਰ ਕਰਨ, ਲੋਕ ਕੋਈ ਕਿਸ ਹਰ ਬੰਦੇ ਨੂੰ ਡੈਮੋਕ੍ਰੈਟਿਕ ਰਾਈਟ ਹੈ, ਬਟ ਜਿਹੜਾ ਕਿਸੇ ਪਬਲਿਕ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਅਨਪਾਰਲੀਮੈਂਟ ਲੈਂਗੁਏਜ ਬਣੀ, ਉਹ ਅਸੀਂ ਲਾਈਕ ਨਹੀਂ ਕਰਦੇ ਇਸ ਗੱਲ ਨੂੰ। ਮਾੜੀ ਗੱਲ ਹੈ, ਬਹੁਤ ਘਟੀਆ ਗੱਲ ਹੈ। ਲੋਕਾਂ ਨੇ ਵੀ ਨਿੰਦਿਆ ਕੀਤੀ, ਈਵਨ ਪੁਲਿਸ ਅਫਸਰਾਂ ਨੇ ਉਹ ਵੀਡੀਓ ਪਾਈ, ਪਰ ਲੇਕਿਨ ਉਹ ਬੰਦਾ ਮਾਫੀ ਮੰਗ ਕੇ ਛੁੱਟਿਆ। ਇਹ ਤਾਂ ਗਲਤ ਗਲਤ ਬੋਲਦੇ ਆ, ਅਕਾਲੀ ਦਲ ਵੀ ਗਲਤ ਬੋਲਦਾ ਹੈ, ਇਹ ਵੀ ਗਲਤ ਬੋਲਦੇ, ਨਹੀਂ ਬੋਲਦੇ। ਕੀ ਇਹ ਚੰਗੀ ਗੱਲ ਹੈ ਕਿ ਪਹਿਲਾਂ ਕੁਝ ਵੀ ਬੋਲ ਦੇਣਾ ਤੇ ਬਾਅਦ ਵਿੱਚ ਮਾਫੀ ਮੰਗ ਲੈਣੀ? ਬਹੁਤ ਮਾੜੀ ਗੱਲ ਹੈ, ਬਹੁਤ। ਦੇਖੋ ਜਦੋਂ ਪੈਰ ਜ਼ਮੀਨ ਤੋਂ ਬੰਦਾ ਆਪਣੇ ਪੈਰ ਛੱਡ ਜਾਂਦਾ, ਫਿਰ ਕੋਈ ਗਲਤ ਗੱਲ ਜਿਹੜੀ ਮੂੰਹ 'ਚੋਂ ਗੱਲ ਪਹਿਲਾਂ ਤੁਸੀਂ ਨਾ ਕਰੋ, ਇੱਦਾਂ ਕਰਕੇ। CM ਫੇਸ ਜਿਹੜਾ ਆ ਭਗਵੰਤ ਮਾਨ ਨੂੰ ਐਲਾਨਿਆ ਗਿਆ, ਇਸ ਦੇ ਨਾਲ ਪਾਰਟੀ ਦੇ ਵਿੱਚ ਜਾਂ ਪਾਰਟੀ ਵਰਕਰਾਂ ਦੇ ਵਿੱਚ ਜਾਂ ਤੁਹਾਡੇ ਵਿੱਚ ਕਿੰਨੀ ਕੁ ਪਾਵਰ ਫੇਰ ਤੋਂ ਮਹਿਸੂਸ ਕਰ ਰਹੇ ਹੋ? ਬਹੁਤ ਲੋਕਾਂ 'ਚ ਬਹੁਤ ਐਕਸਾਈਟਮੈਂਟ ਹੈ। ਭਗਵੰਤ ਮਾਨ ਜੀ ਕੱਲ੍ਹ ਕਰਤਾਰਪੁਰ ਆ ਰਹੇ ਆ, ਡੋਰ ਟੂ ਡੋਰ, ਅੱਜ ਵੀ ਸ਼ਹਿਰ ਦੇ ਵਿੱਚ, ਨੌਰਥ ਦੇ ਵਿੱਚ, ਨਕੋਦਰ ਦੇ ਵਿੱਚ ਡੋਰ ਟੂ ਡੋਰ ਜਾਣਗੇ। ਭਗਵੰਤ ਮਾਨ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਅੱਛਾ ਬੂਸਟ ਆਇਆ। ਹਰ ਵਰਗ, ਹਰ ਜਨਤਾ, ਆਮ ਜਨਤਾ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ, ਬਹੁਤ ਖੁਸ਼ ਹੈ ਕਿ ਇੱਕ ਸਧਾਰਨ ਇਨਸਾਨ, ਜਿਸ ਨੂੰ ਇਨਕਲਾਬੀ ਸੋਚ ਦਾ ਇਨਸਾਨ ਹੈ, ਇਮਾਨਦਾਰ ਇਨਸਾਨ ਹੈ, ਉਹਨੂੰ CM ਬਣਨ ਦਾ ਮੌਕਾ ਦੇ ਰਹੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਰਹੇ ਆ। ਔਰ ਪੰਜਾਬ ਦਾ ਇੱਕ ਜੱਟ ਸਿੱਖ ਪਰਿਵਾਰ, ਇੱਕ ਸਧਾਰਨ ਕਿਸਾਨ ਪਰਿਵਾਰ ਦਾ ਬੱਚਾ ਹੈ, ਬਹੁਤ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈ ਉਹਦੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਇਸ ਚੋਣ ਮੁਹਿੰਮ ਦੇ ਵਿੱਚ ਬਹੁਤ ਬਿਜ਼ੀ ਹੋ, ਫਿਰ ਵੀ ਸਾਡੇ ਲਈ ਸਮਾਂ ਕੱਢਿਆ। ਥੈਂਕ ਯੂ ਸਰਾ ਜੀ। ਸੋ ਇਸ ਸਾਡੀ ਗੱਲਬਾਤ ਬਲਕਾਰ ਸਿੰਘ ਹੁਣਾਂ ਦੇ ਨਾਲ, ਜਿਹੜੇ ਕਿ ਬਤੌਰ DCP ਰਿਟਾਇਰ ਹੋਏ ਨੇ ਅਤੇ ਹੁਣ ਹਲਕਾ ਕਰਤਾਰਪੁਰ ਤੋਂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਉਮੀਦ ਕਰਦੇ ਹਾਂ ਕੀਤੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਵੇਖਦੇ ਰਹੋ ਰੇਡੀਓ ਸਾਡੇ ਵਾਲਾ, ਸਾਡੇ ਵਾਲਾ TV। ਮੈਨੂੰ ਯਾਨੀ ਸੁਖਰਾਜ ਗਾਖਨ ਦਾ ਇਜਾਜ਼ਤ। ਧੰਨਵਾਦ।